अस्सलाम वालेकुम प्यारे दोस्तों सजनों ते बेलियो, आज दी वीडियो करने आ शुरू। वीडियो एंड तक देखो और इंशाल्लाह तुहानूं मजा आएगा। ते अज असीं की दसण लगे आ तुहानूं, साडी वीडियो देखो नाल नाल ते तुहानूं पता चलेगा। अज बड़ा प्यारा शानदार हरियाली दा और प्यारे प्यारे मौसम दा अज तुहानूं पूरा इंजॉय करावांगे। इंशाल्लाह यकीन है कि तुहानूं मजा आएगा साडी वीडियो वेख के। ते अज दी वीडियो करने आ शुरू जी। लो जी देखो, अच्छा ए जी पसीना है ਬੜਾ ਆਮ ਨਾਲ ਸਿਰਫ ਚਟਨੀ ਚਟਨੀ ਬਣਾ ਕੇ ਦੱਸੇਗੀ ਪੁਦੀਨੇ ਜੀ, ਕਿਉਂਕਿ ਉਹਨੇ ਗਰਮੀਆਂ ਆ ਗਈ ਨਾ ਸੀਜ਼ਨ ਹੈ ਹੁਣ, ਅਤੇ ਇਹ ਠੰਡਾ ਹੁੰਦਾ ਨਾ, ਬਹੁਤ ਅੱਛੀ ਸ਼ਾਇ ਹੈ ਮੇਰੇ ਵਾਸਤੇ, ਬਹੁਤ ਅੱਛੀ ਸ਼ਾਇ ਆ। ਔਰ ਇਹ ਠੰਡਾ ਹੁੰਦਾ, ਹਾਜ਼ਮੇਦਾਰ ਹੁੰਦਾ, ਜੋ ਅਸੀਂ ਰੋਟੀ ਖਾਣੀ ਪੀਣੀ ਆ ਹਜ਼ਮ ਕਰਦਾ, ਕਿਉਂ ਜੀ? ਅਤੇ ਫਿਰ ਵੱਢੋ, ਇਹ ਦੇਖੋ ਜੀ, ਇਹ ਮਾਸ਼ਾਅੱਲਾ ਪੁਦੀਨਾ ਆ, ਇਹਨੂੰ ਅਸੀਂ ਆਪਣੀ ਜ਼ਬਾਨ 'ਚ ਪੰਜਾਬੀ 'ਚ ਭੂਤਨਾ ਆਖਦੇ ਹਾਂ। ਬਿਸਮਿਲ੍ਲਾ ਰਹਿਮਾਨ ਰਹੀਮ, ਹੁਣ ਅਸੀਂ ਇਹਨੂੰ ਵੱਢਣਾ ਸ਼ੁਰੂ ਕਰਦੇ ਹਾਂ। ਇਹ ਮੰਡੀ ਕਿਸ ਤਰ੍ਹਾਂ ਵਿਕਦਾ ਹੈ ਭਲਾ? ਗੁੱਛੀ ਬਣਾ ਕੇ ਵੇਚ ਦਿਓ, 15-20 ਰੁਪਏ ਦੀ ਗੁੱਛੀ ਵੀਰਾ। ਕਿੱਡੀ ਕੁੰਦੀ ਆ? ਅੜੀ ਕਹਿੰਦੇ ਕੁਛ ਇੱਕ ਛੋਟੇ ਪੁਦੀਨੇ ਦੀ ਨਾ ਵੱਢ ਲਓ, ਛੋਟੇ ਪੁਦੀਨੇ ਦੀ ਗੁੱਛੀ ਬਣਾ ਲਈਏ। ਉਧਰੋਂ ਵੱਢਾਂਗੇ, ਉਧਰੋਂ ਵੱਢ ਲਓ, ਉਧਰੋਂ ਛੋਟਾ ਸੋਹਣਾ ਹੈ, ਛੋਟਾ ਸੋਹਣਾ ਨਾ। ਦੋ ਗੱਡੀਆਂ ਪੁਦੀਨੇ ਦੀਆਂ ਅਸੀਂ ਵੱਢ ਲਈਆਂ ਨੇ ਆਪਣੇ ਹੱਥਾਂ ਨਾਲ। ਦੇਖੋ ਮਾਸ਼ਾਅੱਲਾ ਕਿੰਨਾ ਕੁ ਸੋਹਣਾ ਔਰ ਸਾਫ਼ ਸੁਥਰਾ ਪੁਦੀਨਾ, ਖੁਸ਼ਬੂਦਾਰ। ਇਹਦੀ ਹੁਣ ਅਸੀਂ ਬਣਾਵਾਂਗੇ ਚਟਨੀ। ਹਾਜ਼ਮੇ ਵਾਸਤੇ ਤੇ ਮੇਦੇ ਵਾਸਤੇ ਬਹੁਤ ਅੱਛੀ ਚੀਜ਼ ਹੈ ਇਹ। ਜਿਹੜੀਆਂ ਜੜੀਆਂ ਬੂਟੀਆਂ ਨੇ ਨਾ, ਇਹ ਜਿਹੜੀਆਂ ਬਣੀ ਦੀਆਂ ਨੇ, ਜਿਹਨਾਂ ਕਿ ਚਟਨੀ ਬਣਾ ਲਓ ਜਾਂ ਚਟਨੀ ਤੋਂ ਇਲਾਵਾ ਹੋਰ ਵੀ ਚੀਜ਼ ਬਣਦੀ ਹੈ ਜੀ, ਜਿਹਦਾ ਕਾਹਵਾ ਬਣਾ ਲਓ, ਇਹ ਕਿਸੇ ਵੀ ਤੁਸੀਂ ਸਬਜ਼ੀ 'ਚ ਵੀ ਪਾ ਸਕਦੇ ਹੋ, ਕਿਉਂ ਜੀ? ਜਿਹੜੀ ਬੜੀ ਪਿਆਰੀ ਖੁਸ਼ਬੂ ਹੁੰਦੀ ਹੈ, ਜਿਹੜੀਆਂ ਜੜੀਆਂ ਬੂਟੀਆਂ ਬਣੀ ਜਾਂਦੀਆਂ ਨੇ, ਇਹਨਾਂ ਦੇ ਬੜੇ ਫਾਇਦੇ ਨੇ। ਔਰ ਇਹ ਜੜੀਆਂ ਬੂਟੀਆਂ ਖਾਣ ਵਾਲੇ ਲੋਕ ਨੇ ਜਿਹੜੇ, ਉਹ ਸਿਹਤ 'ਤੇ ਠੀਕ ਰਹਿੰਦੇ ਨੇ, ਮਜ਼ਬੂਤ ਹੱਡੀਆਂ ਮਜ਼ਬੂਤ ਹੁੰਦੀਆਂ ਨੇ, ਅਤੇ ਕੰਮ ਕਾਰ ਨੂੰ ਥਕਾਵਟ ਨਹੀਂ ਹੁੰਦੀ, ਕਿਉਂ ਜੀ? ਇਹਦੀ ਗੱਲ ਕੰਮ ਜਮ ਕਰਦਾ ਬੰਦਾ ਥੱਕਦਾ ਨਹੀਂ, ਇਹੋ ਜਿਹੀਆਂ ਚੀਜ਼ਾਂ ਜੜੀਆਂ ਬੂਟੀਆਂ ਖਾ ਰਹੇ ਨੇ। ਇਹ ਬੂਟਾ ਆ ਸ਼ਤੂਤ, ਸ਼ਤੂਤ ਅਲਹਮਦੁਲਿਲਾ। ਇਸ ਬੂਟੇ ਨੂੰ ਫਲ ਬਹੁਤ ਹੀ ਜ਼ਿਆਦਾ ਔਰ ਬਹੁਤ ਹੀ ਮਜ਼ੇਦਾਰ ਅਤੇ ਮਿੱਠਾ ਜਿਹਾ ਫਲ ਲੱਗਦਾ। ਇਹ ਜਿਹੜੀਆਂ ਗੁੱਲਾਂ ਨੇ ਨਾ, ਇਹ ਅਲਹਮਦੁਲਿਲਾ ਬਹੁਤ ਮਿੱਠੀਆਂ ਔਰ ਬੜੀਆਂ ਮਜ਼ੇਦਾਰ ਜੀਆਂ ਹੁੰਦੀਆਂ ਜੀ। ਜਿਹੜਾ ਵੀ ਮੌਸਮ ਹੋਏ, ਉਸ ਮੌਸਮ ਦਾ ਜਿਹੜਾ ਵੀ ਫਲ ਹੋਏ, ਉਹਦੇ ਵਿੱਚ ਕੋਈ ਨਾ ਕੋਈ ਸ਼ਫਾ ਅੱਲਾ ਦੀ ਜ਼ਾਤ ਨੇ ਰੱਖੀ ਦੀ ਹੈ ਜ਼ਰੂਰ। ਜਿਸ ਮੌਸਮ ਦਾ ਜਿਹੜਾ ਵੀ ਫਲ ਹੋਏ ਉਹਨੂੰ ਖਾਣਾ ਚਾਹੀਦਾ, ਭਾਵੇਂ ਥੋੜ੍ਹਾ ਥੋੜ੍ਹੇ ਖਾਓ ਅਤੇ ਜ਼ਰੂਰ ਖਾਣਾ ਚਾਹੀਦਾ। ਇਹ ਜਿਹੜੇ ਬੂਟੇ ਲਾਏ ਗਏ ਨੇ, ਇਹ ਗੁੱਲਾਂ ਵਾਲੇ ਬੂਟੇ ਲਾਏ ਗਏ ਨੇ, ਇਹ ਉੱਗੇ ਦੇ ਨੇ।
ਇਹ ਗੁੱਲਾਂ ਜਿਹੜੀਆਂ ਨੇ ਜਦੋਂ ਤਿਆਰ ਹੋਣਗੀਆਂ ਇਹ ਤੁਹਾਨੂੰ ਅਸੀਂ ਜ਼ਰੂਰ ਦੱਸਾਂਗੇ ਕਿ ਕਿੰਨੀਆਂ ਕੁ ਸੋਹਣੀਆਂ ਔਰ ਕਿੰਨੀਆਂ ਕੁ ਮਜ਼ੇਦਾਰ ਗੁੱਲਾਂ ਜਿਹੜੀਆਂ ਨੇ ਤਿਆਰ ਹੁੰਦੀਆਂ ਨੇ। ਇੱਕ ਜੀ ਹੁੰਦਾ ਤੂਤ ਹੈ, ਇੱਕ ਹੁੰਦਾ ਤੂਤ, ਉਹਦੀ ਹੁੰਦੀ ਗੁੱਲ ਲਾਲ ਛੋਟੀ ਹੈ। ਹਾਂਜੀ ਇਹ ਸ਼ਤੂਤ ਹੈ, ਲੰਮੀ ਗੁੱਲ ਹੈ, ਸ਼ਤੂਤ ਹੈ, ਇਹਦੀਆਂ ਗੁੱਲਾਂ ਲੰਮੀਆਂ ਤੇ ਪਤਲੀਆਂ ਪਤਲੀਆਂ ਹੋਣੀਆਂ ਨੇ, ਬਹੁਤ ਹੀ ਮਜ਼ੇਦਾਰ। ਇਹ ਲੰਮੀਆਂ ਲੰਮੀਆਂ ਵਾਹਵਾ ਲੰਮੀਆਂ ਗੁੱਲਾਂ ਹੁੰਦੀਆਂ। ਲੁੜੀ ਗੁੱਲ ਇਹ ਲੰਮੀਆਂ ਲੰਮੀਆਂ ਗੁੱਲਾਂ ਹੋਣੀਆਂ ਨੇ। ਇਹ ਜਿਹੜੇ ਫਲਦਾਰ ਬੂਟੇ ਨੇ ਇਹਨਾਂ ਦਾ ਫਲ ਜਦੋਂ ਤਿਆਰ ਹੋਏਗਾ ਇਹ ਤੁਹਾਨੂੰ ਅਸੀਂ ਜ਼ਰੂਰ ਦੱਸਾਂਗੇ। ਤੁਸੀਂ ਸਾਡੀ ਮੁਕੰਮਲ ਵੀਡੀਓ ਦੇਖੋ, ਅਗਰ ਵੀਡੀਓ ਪਸੰਦ ਆਈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਜਿਹੜੇ ਹੋਰ ਵੀ ਤੁਹਾਨੂੰ ਚੀਜ਼ਾਂ ਅਸੀਂ ਨਾਲ ਨਾਲ ਦੱਸਦੇ ਰਹਿੰਦੇ ਹਾਂ ਕਿ ਇਸ ਇਲਾਕੇ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਕਿਹੜੇ ਕਿਹੜੇ ਫਲਦਾਰ ਬੂਟੇ। ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਅਤੇ ਨਾਲ ਜਿਹੜਾ ਬੈਲ ਆਈਕਨ ਦਾ ਬਟਨ ਉਹਨੂੰ ਵੀ ਕਲਿੱਕ ਕਰ ਲਿਓ ਤਾਂ ਕਿ ਸਾਡੀ ਹਰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ, ਤੁਸੀਂ ਆਸਾਨੀ ਨਾਲ ਵੇਖ ਸਕਦੇ ਹੋ। ਫਿਰ ਇਹਨਾਂ ਫਲਦਾਰ ਬੂਟਿਆਂ ਤੋਂ ਹਟ ਕੇ ਤੁਹਾਨੂੰ ਅਸੀਂ ਨਿੰਬੂ ਦੇ ਬੂਟੇ ਵੀ ਦਿਖਾਉਂਦੇ ਹਾਂ। ਇਹ ਦੇਖੋ ਮਾਸ਼ਾਅੱਲਾ, ਇਹ ਨਾਲ ਨਾਲ ਕਿਨਾਰੇ ਦੇ ਰਾਹ ਦੇ ਕਿਨਾਰੇ ਦੇ ਨਾਲ ਨਾਲ ਇਹ ਪੈਲੀ ਵਾਲੇ ਨੇ ਨਿੰਬੂ ਦੇ ਬੂਟੇ ਲਾਏ ਦੇ ਨੇ। ਨਿੰਬੂ ਦਾ ਬੂਟਾ ਜਿਹੜਾ ਇਹ ਤਾਂ ਅਲਹਮਦੁਲਿਲਾ ਬਹੁਤ ਅੱਛੀ ਚੀਜ਼ ਆ, ਇਹਦੀ ਜ਼ਰੂਰਤ ਅਕਸਰ ਰਹਿੰਦੀ ਹੈ ਘਰਾਂ ਦੇ ਵਿੱਚ। ਇਹ ਜੀ ਬੂਟੇ ਨਿੰਬੂਆਂ ਦੇ ਨੇ, ਨਿੰਬੂ ਦੇਖੋ ਤੁਸੀਂ ਕਿੱਡੇ ਕੁ ਸੋਹਣੇ ਪਏ, ਨਿੱਕੇ ਨਿੱਕੇ ਰਸ ਦੇ ਭਰੇ ਦੇ। ਸਾਲ 'ਚ ਦੋ ਵਾਰੀ ਫਲ ਲੱਗਦਾ ਨਾ ਨਿੰਬੂਆਂ ਨੂੰ, ਤਿੰਨ ਵਾਰੀ ਵੀ ਲੱਗਦਾ। ਇਹ ਨਿੰਬੂਆਂ ਨੂੰ ਸਾਲ 'ਚ ਦੋ ਤਿੰਨ ਦਫ਼ਾ ਫਲ ਲੱਗਦਾ, ਬਲਕਿ ਨਿੰਬੂ ਮੁੱਕਦੇ ਹੀ ਨਹੀਂ, ਐਵੇਂ ਬਸ ਚੰਦ ਦਿਨ ਮੁੱਕਦੇ। ਮੇਰੇ ਖਿਆਲ ਦੇ ਵਿੱਚ ਇਹ ਜਿਹੜਾ ਜਾਲ ਬੰਨਿਆ ਹੋਇਆ ਨਾ, ਜਾਲ ਐਦਾਂ ਲੱਗਾ ਹੋਇਆ, ਇਹ ਪੈਲੀ ਕਿਸੇ ਹੋਰ ਦੀ ਹੈ ਜ਼ਮੀਨ, ਉਹਨਾਂ ਨੇ ਇੱਧਰ ਆਪਣੀ ਜ਼ਮੀਨ ਦੇ ਦੁਆਲੇ ਇਹ ਸਭ ਤੱਕ ਕੀਤਾ ਹੋਇਆ ਕਿ ਇੱਧਰ ਕੋਈ ਜੰਗਲ ਨਾ ਜਾਏ ਜਾਂ ਕੋਈ ਇੰਡਸਟਰੀ ਨਾ ਜਾਏ। ਔਰ ਇਹ ਉਦੋਂ ਦਾ ਲੱਗਾ ਤਾਂ ਮੈਨੂੰ ਲੱਗਦਾ ਉਦੋਂ ਦਾ ਲੱਗਾ ਜਦੋਂ ਇਹ ਦੁਆਲੇ ਹੋਰ ਪੈਲੀਆਂ ਦੇ ਵਿੱਚ ਇਹ ਫਸਲਾਂ ਨਹੀਂ ਸਨ ਹੁੰਦੀਆਂ, ਸਬਜ਼ੀਆਂ ਨਹੀਂ ਸਨ ਹੁੰਦੀਆਂ, ਅਤੇ ਇਹ ਪਹਿਲੇ ਦਾ ਕਿਸੇ ਨੇ ਇੰਤਜ਼ਾਮ ਕੀਤਾ ਹੋਇਆ, ਇਹ ਜਾਲ ਬਣਾ ਲਿਆ। ਹਾਂ ਇਸ ਤੋਂ ਹਟ ਕੇ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਗੋਭੀ, ਕਿ ਗੋਭੀ ਦੀ ਫਸਲ ਹੈ ਜਿਹੜੀ, ਇਹ ਵੀ ਅਲਹਮਦੁਲਿਲਾ ਸਾਡੇ ਪੰਜਾਬ ਦੇ ਇਲਾਕੇ ਦੇ ਵਿੱਚ ਦੋ ਤੋਂ ਤਿੰਨ ਦਫ਼ਾ ਹੋ ਜਾਂਦੀ ਹੈ। ਇਹ ਨਵੀਂ ਗੋਭੀ ਲੱਗੀ ਦੀ ਹੈ, ਇਹ ਗੋਭੀ ਹਾਲੇ ਤਿਆਰ ਨਹੀਂ ਹੋਈ। ਗੋਭੀ ਦੇ ਬੂਟੇ ਮਾਸ਼ਾਅੱਲਾ ਦੇਖੋ ਵੱਡੇ ਵੱਡੇ ਹੋ ਗਏ ਦੇ ਨੇ, ਔਰ ਅਜੇ ਫੁੱਲ ਜਿਹੜੇ ਨੇ ਗੋਭੀ ਦੇ ਉਹ ਨਹੀਂ ਬਣੇ ਦੇ। ਆ ਦੇਖ ਸਕਦੇ ਹੋ ਤੁਸੀਂ, ਇਹ ਬੂਟੇ ਜਿਹੜੇ ਨੇ ਮਾਸ਼ਾਅੱਲਾ ਬਹੁਤ ਵੱਡੇ ਵੱਡੇ ਹੋ ਗਏ ਦੇ ਨੇ, ਅਜੇ ਫੁੱਲ ਨਹੀਂ ਬਣੇ ਦੇ। ਇਹ ਥੋੜ੍ਹਿਆਂ ਦਿਨਾਂ ਤੱਕ ਤਕਰੀਬਨ 15 ਦਿਨਾਂ ਤੱਕ ਗੋਭੀ ਦੇ ਜਿਹੜੇ ਫੁੱਲ ਨੇ ਇਹ ਤਿਆਰ ਹੋ ਜਾਂਦੇ। ਇਹ ਜਦੋਂ ਗੋਭੀ ਤਿਆਰ ਹੋ ਜਾਏਗੀ ਇਹ ਅਲਹਮਦੁਲਿਲਾ ਉਦੋਂ ਵੀ ਅਸੀਂ ਤੁਹਾਨੂੰ ਗੋਭੀ ਹੱਥੋਂ ਕੱਟ ਕੇ ਖੜ ਕੇ ਵਿਲੇਜ ਫੂਡ ਪੰਜਾਬ ਚੈਨਲ 'ਤੇ ਪਕਾ ਕੇ ਰੈਸਪੀ ਬਣਾ ਕੇ ਮਜ਼ੇਦਾਰ ਦੇ ਤੇ ਜ਼ਰੂਰ ਦੱਸਾਂਗੇ। ਇਹ ਤੁਸੀਂ ਵੇਖ ਸਕਦੇ ਹੋ। ਹਾਂ ਬਿਲਕੁਲ ਦੇਖਣ ਦੇ ਨੇ, ਕਿਉਂ ਜੀ ਵੇਖਦੇ ਹੋ ਨਾ ਪਏ। ਸਾਡੇ ਪੰਜਾਬ ਦੇ ਇਲਾਕੇ ਦੇ ਵਿੱਚ ਜਿਹੜੇ ਜ਼ਿਮੀਂਦਾਰ ਭਰਾ ਨੇ ਉਹ ਮਾਸ਼ਾਅੱਲਾ ਕਿੰਨੀਆਂ ਕੁ ਸੋਹਣੀਆਂ ਸਬਜ਼ੀਆਂ ਔਰ ਕਿੰਨੀਆਂ ਕੁ ਸੋਹਣੀਆਂ ਫਸਲਾਂ ਤਿਆਰ ਕਰਦੇ ਨੇ। ਤਿਆਰ ਤਾਂ ਅੱਲਾ ਸੋਹਣੇ ਦੀ ਜ਼ਾਤ ਨੇ ਕਰਨੀਆਂ ਨੇ, ਲੇਕਿਨ ਇਹ ਕਿ ਜ਼ਿਮੀਂਦਾਰਾਂ ਦੀ ਮਿਹਨਤ ਹੈ, ਅੱਲਾ ਦੀ ਜ਼ਾਤ ਬਰਕਤ ਪਾਉਂਦੀ ਹੈ ਅਤੇ ਅਲਹਮਦੁਲਿਲਾ ਫਲ ਔਰ ਫਸਲ ਬਹੁਤ ਹੀ ਸੋਹਣੀ ਔਰ ਮਜ਼ੇਦਾਰ ਜੀ ਹੁੰਦੀ ਹੈ।